ਬੀਤੇ ਦਿਨੀ ਅਖਬਾਰਾਂ ਦੇ ਵਿੱਚ ਇਹ ਖਬਰਾਂ ਆਮ ਰਹੀਆਂ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਪੰਜਾਬ ਦੇ ਵਿੱਚ ਇੱਕ ਵੱਡੀ ਟਰਾਂਸਪੋਰਟ ਕੰਪਨੀ ਨੂੰ ਫਾਇਦਾ ਦੇ ਰਹੀ ਹੈ ਪਰ ਅੱਜ ਆਮ ਆਦਮੀ ਪਾਰਟੀ ਨੇ ਇਹ ਸਪਸ਼ਟ ਕੀਤਾ ਕਿ ਇਸ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕੋਈ ਰੋਲ ਨਹੀਂ ਹੈ ਦਰਅਸਲ ਪੰਜਾਬ ਸਰਕਾਰ ਨੇ ਨਾ ਤਾਂ ਦਿੱਲੀ ਸਰਕਾਰ ਦੇ ਨਾਲ ਆਪਣਾ ਕੌਂਟਰੈਕਟ ਰੀਨਿਊ ਕੀਤਾ ਤੇ ਨਾ ਹੀ ਪੰਜਾਬ ਸਰਕਾਰ ਦੀਆਂ ਜਿਹੜੀਆਂ ਬੱਸਾਂ ਨੇ ਸਰਕਾਰੀ ਬੱਸਾਂ ਨੇ ਉਹਨਾਂ ਦੇ ਕੋਲ ਲੁੜੀਂਦੇ ਪਰਮਿਟ ਨਹੀਂ ਹੈ ਇਸ ਵਿਸ਼ੇ ਉੱਤੇ ਅੱਜ ਅਸੀਂ ਗੱਲ ਕਰਾਂਗੇ ਡਾਕਟਰ ਗੁਰਪ੍ਰੀਤ ਸਿੰਘ ਦੇ ਨਾਲ ਕਾਂਗਰਸ ਦੇ ਸਪੋਕਸਮੈਨ ਨੇ ਇਹਨਾਂ ਤੋਂ ਜਾਣਦੇ ਹਾਂ ਡਾਕਟਰ ਸਾਹਿਬ ਅੱਜ ਆਵਾਦਮੀ ਪਾਰਟੀ ਨੇ ਪ੍ਰੈਸ ਕਾਨਫਰੰਸ ਕਰਕੇ ਸਪਸ਼ਟ ਕਰਤਾ ਕਿ ਪੰਜਾਬ ਸਰਕਾਰ ਨੇ ਤਾਂ ਆਪਦਾ ਦਿੱਲੀ 'ਚ ਬਣਨ ਦਾ ਕੰਟਰੈਕਟ ਹੈ ਜਿਹੜਾ ਉਹ ਵੀ ਰੀਨਿਊ ਨਹੀਂ ਕੀਤਾ ਤੇ ਇਹ 'ਚ ਸਾਡਾ ਕੋਈ ਕਸੂਰ ਨਹੀਂ ਜੇ ਅਸੀਂ ਪੰਜਾਬ ਦੀਆਂ ਜਿਹੜੀਆਂ ਬੱਸਾਂ ਸਰਕਾਰੀ ਉਹ ਰੁਕੀਆਂ ਹੋਈਆਂ ਕੀ ਕਹਿਣਾ ਤੁਸੀਂ ਪਹਿਲੀ ਗੱਲ ਤਾਂ ਜੀ ਹੈ ਵੀ ਦਿੱਲੀ ਦੀ ਸਰਕਾਰ ਬਣੇ ਨੂੰ ਕਿੰਨਾ ਚਿਰ ਹੋ ਗਿਆ 3 ਸਾਲ ਹੋ ਚਲੇ ਨੇ 3 ਸਾਲ ਤੋਂ ਬਾਅਦ ਅੱਜ ਇਹਨਾਂ ਨੇ ਬਸਾਂ ਹੁਣ ਰੋਕੀਆਂ ਪਹਿਲਾਂ ਪਰਮਿਟ ਸੀਗਾ ਇਹ ਤਾਂ ਕਹਿੰਦੇ ਪਰਮਿਟ ਰੀਨਿਊ ਵੀ ਨਹੀਂ ਕਰਾਇਆ ਜੇ ਪਰਮਿਟ ਰੀਨਿਊ ਨਹੀਂ ਕਰਾਇਆ ਤਾਂ ਫਿਰ ਹੁਣ ਕਿਉਂ 2019 ਦੀ ਇਲੈਕਸ਼ਨ ਤੋਂ ਪਹਿਲਾਂ ਬਸਾਂ ਰੋਕਣੀਆਂ ਸ਼ੁਰੂ ਕਰਤੀਆਂ ਐਗਰੀਮੈਂਟ ਇੱਕ ਐਗਰੀਮੈਂਟ ਆ ਉਹ ਕਹਿੰਦੇ ਕਿ ਜਿਹੜਾ ਸਟੇਟ ਦੇ ਅੰਦਰ ਦਾਖਲ ਹੋਣ ਦੇ ਲਈ ਚਾਹੀਦਾ ਮੈਂ ਸਮਝ ਗਿਆ ਮੈਂ ਸਾਰੀ ਗੱਲ ਸਮਝਦਾ ਐਗਰੀਮੈਂਟ ਹੁੰਦਾ ਸਟੇਟ ਟੂ ਸਟੇਟ ਕਿ ਕਿੰਨੀਆਂ ਬਸਾਂ ਤੁਹਾਡੀਆਂ ਆ ਸਕਦੀਆਂ ਕਿਹੜੇ ਰੂਟ ਤੇ ਆ ਸਕਦੀਆਂ ਸਭ ਕੁਝ ਫਿਕਸਡ ਹੁੰਦਾ ਉਹਦੀ ਐਗਰੀਮੈਂਟ ਜਿਹੜੀ ਰੀਨਿਊਅਲ ਕਰਨੀ ਪੈਂਦੀ ਹੈ ਠੀਕ ਹੈ ਜਿਹੜੀ ਐਗਰੀਮੈਂਟ ਉਹ ਵੀ ਰੀਨਿਊ ਹੁੰਦੀ ਆ ਬਸਾਂ ਦੇ ਪਰਮਿਟ ਰੀਨਿਊ ਹੁੰਦੇ ਆ ਉਹਨਾਂ ਦਾ ਰੂਟ ਫਿਕਸ ਹੁੰਦਾ ਵੀ ਕਿੱਥੋਂ ਤੋਂ ਕਿੱਥੇ ਤੱਕ ਜਾਣਾ ਹੈ ਤਾਂ ਨਾਰਮਲੀ ਜਿਵੇਂ ਕਿ ਦਿੱਲੀ ਸਟੇਟ ਆਪਣਾ ਹਿੰਦੁਸਤਾਨ ਦਾ ਕੈਪੀਟਲ ਹੈ ਉਹਦੇ ਆਈਐਸਬੀਟੀ ਤੱਕ ਸਾਰੀਆਂ ਸਟੇਟ ਕੈਪੀਟਲਸ ਤੋਂ ਜਾਂ ਸ਼ਹਿਰਾਂ ਤੋਂ ਬਸਾਂ ਉੱਥੇ ਆਉਣ ਦੇ ਪਰਮਿਟ ਜਿਹੜੇ ਆ ਉਹ ਅੰਡਰ ਦੀ ਨੈਸ਼ਨਲ ਮੋਟਰ ਵਹੀਕਲਸ ਐਕਟ ਅਲਾਉਡ ਹੀ ਹੁੰਦੇ ਵੈਸੇ ਜੇ ਬਿਯੋਂਡ ਜਾਣਾ ਹੈ ਯੋਦੂ ਅੱਗੇ ਪਾਸੇ-ਪਾਸੇ ਜਾਣਾ ਯਾਰ ਤੁਸੀਂ ਟੂਰਿਸਟ ਬਸਾਂ ਅਪਲਾਈ ਕਰਦੀਆਂ ਉਹਨਾਂ ਵਾਸਤੇ ਹੁੰਦਾ ਸਰਕਾਰੀ ਬਸਾਂ ਦੇ ਅਪਲਾਈ ਕਰਨ ਨੂੰ ਹਿੰਦੁਸਤਾਨ ਦੇ ਕੈਪੀਟਲ ਨੂੰ ਕੋਈ ਰੋਕ ਨਹੀਂ ਹੁੰਦੀ ਠੀਕ ਹੈ ਦਿੱਲੀ ਸਰਕਾਰ ਜ਼ਰੂਰ ਹੈ ਕਿ ਦਿੱਲੀ ਉਥੇ ਗਵਰਨਮੈਂਟ ਬਣ ਗਈ ਇੱਕ ਕਾਸੀ ਸਟੇਟ ਬਣਾਤੀ ਹੈ ਤਾਂ ਯੂਟੀ ਲੇਕਿਨ ਉਥੇ ਇਲੈਕਟਿਡ ਗਵਰਨਮੈਂਟ ਹੁੰਦੀ ਹੈ ਸੋ ਇਲੈਕਟਿਡ ਗਵਰਨਮੈਂਟ ਇਹ ਕਹਿ ਰਹੀ ਹੈ ਅੱਜ ਵੀ ਅਸੀਂ ਬੱਸਾਂ ਰੋਕਤੀਆਂ ਤੇ ਪਹਿਲਾਂ 3 ਸਾਲ ਸੁੱਤੇ ਪਏ ਸੀਗੇ ਪਹਿਲਾਂ ਕਿਉਂ ਨਹੀਂ ਰੋਕੀਆਂ ਕਿੰਨੀਆਂ ਚਿੱਠੀਆਂ ਲਿਖਿਆ ਪੰਜਾਬ ਸਰਕਾਰ ਨੂੰ ਵੀ ਤੁਸੀਂ ਦਾ ਪਰਮਿਟ ਰੀਨਿਊ ਕਰਾਓ ਕਿ ਇਹਨਾਂ ਕੋ ਚਿੱਠੀ ਲਿਖੀ ਹੈ ਸਰਕਾਰ ਨੂੰ ਰਿਮਾਈਂਡਰ ਦੇਣ ਵਾਸਤੇ ਪਹਿਲਾਂ ਜਦੋਂ ਸਾਡੀ ਸਰਕਾਰ ਨਹੀਂ ਸੀ ਉਹ ਅਕਾਲੀਆਂ ਦੀ ਸਰਕਾਰ ਸੀ ਉਦੋਂ ਬੱਸਾਂ ਇਹਨਾਂ ਦੀਆਂ ਉਦੋਂ ਵੀ ਚੱਲਦੀਆਂ ਸੀ ਆਰਬਿਟ ਵਾਲਿਆਂ ਦੀਆਂ ਤੇ ਬਾਕੀ ਸਾਰੀ ਜਿਹੜੀਆਂ ਪ੍ਰਾਈਵੇਟ ਕੰਪਨੀ ਦਾ ਇੰਡੋਕਨੇਸ਼ੀਆ ਨਾ ਵਗੈਰਾ ਉਦੋਂ ਉਹਨਾਂ ਦੇ ਪਰਮਿਟ ਚੈੱਕ ਕੀਤੇ ਸੀ ਉਹਨਾਂ ਦੇ ਪਰਮਿਟ ਰੋਕੇ ਅੱਜ ਉਹਨਾਂ ਨੂੰ ਅਲਾਉ ਕੀਤਾ ਵਾ ਤੁਸੀਂ ਉਹਨਾਂ ਦੇ ਪਰਮਿਟ ਦਿਖਾਓ ਸਾਡੇ ਕੋਲੇ ਤੁਹਾਡੇ ਕੋਲੇ ਕਿਹਨੇ ਦਿੱਤੇ ਹੈ ਕਿਉਂਕਿ ਜੇ ਪੰਜਾਬ ਤੋਂ ਬੱਸ ਚੱਲਦੀ ਹੈ ਤਾਂ ਪਰਮਿਟ ਤਾਂ ਪੰਜਾਬ ਸਰਕਾਰ ਨੇ ਹੀ ਦੇਣਾ ਹੈ ਚਾਹੇ ਉਹ ਪ੍ਰਾਈਵੇਟ ਹੈ ਚਾਹੇ ਉਹ ਟੂਰਿਸਟ ਹੈ ਸਾਡੇ ਪੰਜਾਬ ਚ ਕਿਵੇਂ ਅਪਲਾਈ ਕਰ ਸਕਦੀ ਹੈ ਬਿਨਾ ਪਰ ਤੇ ਪੰਜਾਬ ਸਰਕਾਰ ਦੀਆਂ ਜਿਹੜੀਆਂ ਬੱਸਸ ਨੇ ਪੰਨ ਬੱਸ ਉਹ ਨਹੀਂ ਜਾ ਸਕਦੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਵੀ ਕੀ ਕੇਜਰੀਵਾਲ ਸਰਕਾਰ ਵਾਕਈ ਹੀ ਬਾਦਲ ਪਰਵਾਰ ਦੀ ਜਿਹੜੀ ਟਰਾਂਸਪੋਰਟ ਕੰਪਨੀ ਨੂੰ ਫਾਇਦਾ ਦੇ ਰਹੀ ਹੈ ਮੈਂ ਤਾਂ ਇਲੈਕਸ਼ਨ ਤੋਂ ਪਹਿਲਾਂ ਦਾ ਰੌਲਾ ਪਈ ਜਾਂਦਾ ਵੀ ਇਹਨਾਂ ਨੇ ਕਿਉਂਕਿ ਇਹਨਾਂ ਨੇ ਵੇਖਿਆ ਸੀਗਾ ਵੀ ਸਾਡਾ ਇੱਥੇ ਸ਼ਾਇਦ ਤੁਕਾ ਲੱਗ ਜਾ ਚਾਰ ਸਾਡੇ ਐਮਪੀ ਹੈ ਤੇ ਲੋਕ ਜਿਹੜੇ ਆ ਉਹ ਕਾਲੀਆਂ ਨਾਲ ਨਾਰਾਜ਼ ਸਰਕਾਰ ਇਹਨਾਂ ਦੀ ਬਣਦੀ ਨਹੀਂ ਇਹਨਾਂ ਦਾ ਆਟੀ ਸਿੱਟੀ ਲਾ ਲਓ ਤੁਸੀਂ ਇਹਨਾਂ ਦੀ ਸਾਰਾ ਪਿਛਲੀ ਹਿਸਟਰੀ ਜਿਹੜੀ ਹੈ ਪ੍ਰੀ ਇਲੈਕਸ਼ਨ 2017 ਤੋਂ 2 ਸਾਲ ਪਹਿਲਾਂ ਪੰਜਾਬ ਚ ਵੜਿਆ ਆਏ ਸੀ ਇਹਨਾਂ ਨੇ ਘਰੋ ਘਰੀ ਆ ਕੇ ਪਿੰਡੋਂ ਪਿੰਡੀ ਜਾ ਕੇ ਪੂਰਾ ਰੋਲਾ ਪਾਇਆ ਬੇਅਕਾਲੀ ਆਏ ਆ ਕਾਂਗਰਸ ਵੀ ਉਵੇਂ ਆ ਸੇਮ ਆ ਸੇਮ ਆ ਸੇਮ ਆ ਹੋ ਗਿਆ ਉਸ ਤੋਂ ਬਾਅਦ ਪਹਿਲੀ ਲਿਸਟ ਨੇ ਕਲੀਅਰ ਨਾ ਦੀ ਕੈਂਡੀਡੇਟਸ ਦੀ ਉਹਦੇ ਵਿੱਚ ਘੱਟੋ ਘੱਟ ਨਹੀਂ ਤਾਂ 10 12 15 ਨਰਾਜ਼ ਕੱਲੀ ਸੀ ਜਿਹੜੇ ਆਮ ਆਦਮੀ ਪਾਰਟੀ ਜੁਆਇਨ ਕਰ ਗਏ ਸੀ ਕਹਿੰਦੇ ਅਸੀਂ ਆਮ ਆਦਮੀ ਪਾਰਟੀ ਹੈ ਕੋਈ ਵੀ ਬੰਦਾ ਇਹਦੇ ਜਿਹੜਾ ਆ ਕੇ ਕੈਂਡੀਡੇਟ ਬਣ ਸਕਦਾ ਸਾਫ਼ ਸੁਥਰਾ ਹੋਵੇ ਮੈਨੂੰ ਦੋਸਤੋ ਉਹਨਾਂ ਚ ਕਿਹੜਾ ਸਾਫ਼ ਸੁਥਰਾ ਸੀ ਅੱਧਿਆਂ ਤੇ ਪਰਚੇ ਹੋਵੇ ਇਹ ਸਾਰੇ ਡਰਾਮੇ ਆ ਕੇਜਰੀਵਾਲ ਦੇ ਕੰਪਲ ਟੂ ਗਵਰਨਮੈਂਟ ਪਰਮਿਸ਼ਨ ਹੋਣੀ ਚਾਹੀਦੀ ਹੈ ਜੇ ਅਸੀਂ ਨਹੀਂ ਲਈ ਤੇ ਤੁਸੀਂ ਸਾਨੂੰ ਲਿਖ ਦਿਓ ਭਾਈ ਵੀ ਤੁਸੀਂ ਆਦੀ ਪਰਮਿਸ਼ਨ ਲੈ ਲਉਣੀ ਸੀ ਬੰਦ ਕਰ ਦਿਆਂਗੇ ਇੱਕ ਵਾਰਨਿੰਗ ਹੁੰਦੀ ਹੈ ਨਾ ਤੁਸੀਂ ਅੱਜ ਥੋੜੋ ਵੀ ਤੁਸੀਂ ਨਹੀਂ ਲਈ ਬੰਦ ਕਰਤੀਆਂ ਮੈਂ ਡਿਕਟੇਟਰਸ਼ਿਪ ਥੋੜੋ ਹੈ ਗਵਰਨਮੈਂਟ ਟੂ ਗਵਰਨਮੈਂਟ ਇੱਕ ਅੰਡਰਸਟੈਂਡਿੰਗ ਹੈ ਦੇ ਸ਼ੁੱਡ ਹੈ ਟੋਲਡ ਅਸ ਚਲੋ ਸਾਤੋਂ ਕਤਾਈ ਹੋ ਗਈ ਅੰਗੈਲੀ ਹੋ ਗਈ ਅਸੀਂ ਨਹੀਂ ਕਰ ਸਕੇ ਠੀਕ ਹੈ ਸਾਡੇ ਆ ਪੈਪਸੂ ਦੀਆਂ ਚੱਲਦੀਆਂ ਪਨਬਾਸ ਚੱਲਦੀ ਹੈ ਹੋਰ ਵੀ ਸਾਡੀਆਂ ਟੂਰਿਸਟ ਚੱਲਦੀਆਂ ਡਿਡ ਦੇ ਰਾਈਟ ਟੂ ਅਸ ਡਿਡ ਦੇ ਆਸਕ ਅਸ ਕਿ ਤੁਸੀਂ ਭਾਈ ਕਿਉਂ ਨਹੀਂ ਕਰ ਰਹੇ ਸਾਡਾ ਕਿ ਲੋਰ ਲੱਗਦਾ ਸਾਡੇ ਕੋਲ ਟ੍ਰਾਂਸਪੋਰਟ ਡਿਪਾਰਟਮੈਂਟ ਆ ਐਡੇ ਵਧੀਆ ਸਾਡੇ ਕੋਲੇ ਮੰਤਰੀ ਆ ਸਾਡੇ ਕੋਲ ਟ੍ਰਾਂਸਪੋਰਟ ਦੇ ਆਫੀਸਰ ਦਿੰਨੇ ਵਧੀਆ ਉਹ ਇੱਕ ਚਿੱਠੀ ਲਿਖਣੀ ਸੀ ਨਾ ਕਿੱਟੀ ਲੈ ਕੇ ਪਰਮਿਸ਼ਨ ਲੈਣ ਦਾ ਜਿਹੜੇ ਲੋੜਿੰਦੇ ਪੈਸੇ ਜਮ੍ਹਾਂ ਕਰਾ ਦਿੰਦੇ ਇਹ ਪੋਲਿਟਿਕਲ ਸਟੰਟਰ ਨੇ ਸਾਰੇ ਐਡੀਆਂ ਸਰਕਾਰਾਂਾਂ ਦੀਆਂ ਟ੍ਰਾਂਸਪੋਰਟ ਮੇਨ ਟ੍ਰਾਂਸਪੋਰਟ ਜਿਹੜੀ ਆ ਉਹਦੇ ਪਰਮਿਟ ਹੀ ਨਾ ਹੋਣ ਉਹਦੀਆਂ ਰੀਨਿਊਲ ਨਹੀਂ ਹੋਈਆਂ ਵੀ ਆ ਇਹ ਤਾਂ ਉਹ ਨੇ ਜਿਹੜੇ ਕਾਗਜ਼ ਹੱਥ ਫੜ ਕੇ ਕਹਿੰਦੇ ਸੀ ਹਮਾਰੇ ਪਾਸ ਮੋਦੀ ਜੀ ਦੇ ਖਿਲਾਫ ਇਹ ਦੇਖੋ ਪ੍ਰੂਫ ਹੈ ਲੇਕਿਨ ਕਾ ਕਦੇ ਮਜੀਠੀਆ ਤੋਂ ਮੰਗ ਲਈ ਕਦੇ ਜੈਟਲੀ ਤੋਂ ਮੰਗ ਲਈ ਮੈਂ 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 ਬਹੁਤ ਇਸ ਤੇ ਤਵੱਜਾ ਨੂੰ ਦਿੰਦਾ ਹਾਂ ਹਾਂ ਉਹ ਮੁੱਖ ਮੰਤਰੀ ਹੈ ਜੇ ਉਹਨਾਂ ਨੇ ਕਿਹਾ ਹੈ ਤਾਂ ਉਹਦੇ ਤੇ ਜਰੂਰ ਸੱਚ ਵੀ ਹੋਊਗਾ ਔਰ ਸਾਨੂੰ ਪਰਮਿਸ਼ਨ ਲੈਣੀ ਚਾਹੀਦੀ ਹੈ ਲੈ ਲਾਂਗੇ ਮੰਤਰੀ ਜੀ ਆਉਂਦੇ ਵਾਪਸ ਅੱਜ ਕੱਲ ਇਲੈਕਸ਼ਨ ਇਰਿੰਗ ਚੱਲ ਰਹੀ ਹੈ ਮੰਤਰੀ ਜੀ ਵਾਪਸ ਹੋਣਗੇ ਆਉਦੇ ਦੇਖਣਗੇ ਉਹ ਕਿਉਂਕਿ ਉਹਨਾਂ ਨੂੰ ਤਾਂ ਗੱਲ ਪਹੁੰਚ ਗਈ ਕਿ ਤੁਹਾਡੀਆਂ ਬਸਾਂ ਰੋਕੀਆਂ ਇੱਕ ਹੋਰ ਇਲਜ਼ਾਮ ਆਮ ਆਦਮੀ ਪਾਰਟੀ ਨੇ ਅੱਜ ਲਾਇਆ ਪੰਜਾਬ ਦੀ ਜਿਹੜੀ ਇਕਾਈ ਆ ਉਹਨੇ ਲਾਇਆ ਕੇ ਬਾਦਲ ਪਰਿਵਾਰ ਦੀਆਂ ਜੜੀਆਂ ਬਸਾਂ ਗਿਆ ਐਂਡੋ ਕਨੇਡੀਅਨ ਜੜੀਆਂ ਚੱਲਦੀਆਂ ਉਹਨਾਂ ਕੋਲੇ ਪਰਮਿਟ ਇਹ ਆ ਕਿ ਉਹ ਇੱਕ ਸਟੇਸ਼ਨ ਤੋਂ ਸ਼ੁਰੂ ਹੋ ਕੇ ਅਗਲੇ ਸਟੇਸ਼ਨ ਤੇ ਹੀ ਜਾ ਕੇ ਰੁਕਣਗੀਆਂ ਕੌਂਟਰੈਕਟ ਵਾਲਾ ਜਿਹੜਾ ਹੈ ਉਹਨਾਂ ਦੇ ਕੋਲੇ ਪਰਮਿਟ ਹੈ ਪਰ ਉਹ ਕਹਿੰਦੇ ਉਹ ਥਾਂ ਥਾਂ ਤੇ ਰੋਕਦੇ ਆ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਤੋਂ ਬੰਦੇ ਚੜਾਉਂਦੇ ਆ ਜਿੱਥੇ ਜੀ ਕਰਦਾ ਲਾਉਂਦੇ ਆ ਆਨਲਾਈਨ ਬੁਕਿੰਗ ਕਰਦੇ ਆ ਤੇ ਸਰਕਾਰ ਬਿਲਕੁਲ ਸੁੱਤੀ ਪਈ ਆ ਤੁਸੀਂ ਕੀ ਕਹਿੰਦੇ ਨਾ ਇਹ ਐਵੇਂ ਨਾ ਜਿਨ੍ਹਾਂ ਲੋਕਾਂ ਨੂੰ ਇਨਫੋਰਮੇਸ਼ਨ ਹੀ ਹੁੰਦੀ ਉਹ ਇਹੋ ਜਿਹੀਆਂ ਗੱਲਾਂ ਕਰਦੇ ਹੁੰਦੇ ਆ ਕਿਹੜੀ ਬੱਸ ਜਿਹੜੀ ਅੰਮ੍ਰਿਤਸਰ ਤੋਂ ਚੱਲ ਕੇ ਦਿੱਲੀ ਆ ਰਾਤ ਕਿਸੇ ਨੂੰ ਆਪਣਾ ਮਾੜਾ ਮੋਟਾ ਯੂਰਿਨਲਸ ਵਾਸਤੇ ਵੀ ਨਾ ਰੁਕੇ ਬੱਸ ਜਾਂ ਉਹਨਾਂ ਨੂੰ ਰਿਫਰੈਸ਼ਮੈਂਟ ਦੇਣ ਵਾਸਤੇ ਵੀ ਨਾ ਰੁਕੇ ਸਾਰਾ ਕੁਝ ਬਸਤੀ ਦੇਈ ਜਾਂ ਤੇ ਤੋੜੀ ਜਾਣ ਬੱਸ ਇਹ ਮੈਂ ਪ੍ਰੈਕਟੀਕਲੀ ਫੀਜ਼ੀਬਲ ਹੈ ਪਹਿਲਾਂ ਨੂੰ ਉਹਨਾਂ ਨੂੰ ਅਕਲ ਚਾਹੀਦੀ ਹੈ ਇਲਜ਼ਾਮ ਲਾਉਣ ਵਾਲਿਆਂ ਨੂੰ ਕਿ ਉਹਨਾਂ ਨੇ ਲੋਕਾਂ ਦੀ ਸਹੂਲियत ਵਾਸਤੇ ਜੇ ਅੰਮ੍ਰਿਤਸਰੋਂ ਬਸ ਤੁਰਿਆ ਦਿੱਲੀ ਜਾ ਕੇ ਖੜੂਗੀ ਇੱਕ ਜਲੰਧਰੋਂ ਤੁਰਿਆ ਦਿੱਲੀ ਜਾ ਕੇ ਖੜੂਗੀ ਇੱਕ ਲੁਧਿਆਣੇੋਂ ਤੁਰੂਗੀ ਦਿੱਲੀ ਜਾ ਕੇ ਖੜੂਗੀ ਹਰ ਸ਼ਹਿਰ ਦੇ ਵਿੱਚੋਂ ਫਿਰ ਇੰਡੋਕਨੇਸ਼ੀਅਨ ਤੁਰਿਆ ਕਰੇ ਬਸਾਂ ਨੇ ਔਨ ਰੂਟ ਹੈ ਜੀਟੀ ਰੋਡ ਹੈ ਜੀਟੀ ਰੋਡ ਦੇ ਉੱਤੇ ਚਾਰ ਪੰਜ ਜਗ੍ਹਾ ਬਣੀਆਂ ਹੋਏ ਨੇ ਸਾਨੂੰ ਕੋਈ ਇਤਰਾਜ਼ ਨਹੀਂ ਉੱਤੇ ਜੇ ਲੋਕਾਂ ਦੀ ਸਹੂਲਤ ਵਾਸਤੇ ਰਾਜਪੁਰੇ ਤੋਂ ਚੱਕਦੇ ਆ ਉਹ ਠੀਕ ਹੈ ਤੇ ਰਾਜਪੁਰੇ ਤੋਂ ਚੱਕ ਲੈਣ ਸਾਨੂੰ ਕੀ ਤਰਾਜ ਲੋਕ ਨਾ ਚੜਨ ਜੇ ਲੋਕਾਂ ਨੂੰ ਲੱਗਦਾ ਵੀ ਯਾਰ ਇੱਥੋਂ ਚੜਾਉਂਦੇ ਆ ਪੈਸੇ ਜ਼ਿਆਦਾ ਲੈਂਦੇ ਨਾ ਚੜਨ ਬਾਕੀ ਬਸਾਂ ਨਹੀਂ ਚਲਦੀਆਂ ਲੋਕ ਜਾਂਦੇ ਨਹੀਂ ਇਹ ਸਭ ਡਰਾਮੇ ਬਾਜੀ ਹੈ ਹਾਂ ਬਾਦਲਾਂ ਦੀਆਂ ਜਿਹੜੀਆਂ ਬੱਸਾਂ ਨੇ ਉਹ ਬੱਸਾਂ ਕਿਵੇਂ ਲਈਆਂ ਕਿੱਥੋਂ ਪੈਸੇ ਆਏ ਆ ਇਹ ਇੱਕ ਡਿਸਕਸ਼ਨ ਦਾ ਵਿਸ਼ਾ ਹੈ ਠੀਕ ਹੈ ਉਹਦੇ ਤੇ ਸਰਕਾਰ ਆਲਰੇਡੀ ਗੌਰ ਕਰ ਰਹੀ ਹੈ ਡਿਸਕਸ਼ਨ ਦਾ ਵਿਸ਼ਾ ਜਾਂ ਜਾਂਚ ਦਾ ਵਿਸ਼ਾ ਜਾਂਚ ਵੀ ਚੱਲ ਰਹੀ ਹੈ ਜਾਂਚ ਵੀ ਚੱਲ ਰਹੀ ਹੈ ਕਿਉਂਕਿ ਟਰਾਂਸਪੋਰਟ ਮਾਫੀਆ ਜਿਹੜਾ ਹੈਗਾ ਉਹ ਬਹੁਤ ਪ੍ਰੇਵਲੈਂਟ ਸੀ ਸਾਡੀਆਂ ਬਸਾਂ ਤੁਸੀਂ ਹੁਣ ਦੇਖੋ ਹੁਣ ਪੈਪਸੂ ਦੀਆਂ ਬਸਾਂ ਦੇਖੋ ਚੰਗੀਆਂ ਪਲੀਆਂ ਸੋਹਣੀਆਂ ਚੱਲਦੀਆਂ ਵੇਖਣ ਨੂੰ ਵੀ ਸੋਹਣੀਆਂ 10 ਸਾਲ ਪੈਪਸੂ ਰੋਡਵੇਜ਼ ਦੀ ਬੱਸ ਉਹਦੇ ਚ ਗਾਣਾ ਹੁੰਦਾ ਸੀ ਆ ਗਈ ਰੋਡਵੇਜ਼ ਦੀ ਲਾਰੀ ਨਾ ਕੋ ਵੂਹਾ ਨਾ ਕੋ ਬਾਰੀ ਪਰ ਟਾਈਮ ਟੇਬਲ ਤਾਂ ਹਜੇ ਵੀ ਸੈਟਲ ਨਹੀਂ ਨਾ ਹੋਇਆ ਟਾਈਮ ਟੇਬਲ ਇਸ ਕਰਕੇ ਸੈਟਲ ਨਹੀਂ ਹੋਇਆ ਜਿਹੜੇ ਪਰਮਿਟ ਦਿੱਤੇ ਹੋਏ ਐ ਜਿਵੇਂ ਇਹਨਾਂ ਦੇ ਚੀਫ ਇਨਫੋਰਮੇਸ਼ਨ ਕਮਿਸ਼ਨਰ ਲਾਏ ਉਹ ਕਨਸਟੀਟਿਊਸ਼ਨਲ ਪੋਸਟ ਹੁੰਦੀ ਆ ਉਹਦੇ ਤੇ ਅਸੀਂ ਲਾ ਹੀ ਨਹੀਂ ਸਕਦੇ ਜਿੰਨਾ ਚਿਰ ਰਿਟਾਇਰ ਨਹੀਂ ਹੁੰਦੇ ਇਹਨਾਂ ਦੇ ਪਰਮਿਟ ਪਹਿਲਾਂ ਹੀ 5-5 ਸਾਲ ਦੇ 7-7 ਸਾਲ ਦੇ ਲਏ ਹੋਏ ਐ ਅਸੀਂ ਕੈਨਸਲ ਕਰਦੇ ਆ ਤਾਂ ਬਿਵਾਲ ਹੁੰਦਾ ਜਿੰਨਾ ਚਿਰ ਖਤਮ ਨਹੀਂ ਹੁੰਦੇ ਉਹ ਲਾਗੂ ਨੇ ਠੀਕ ਐ ਉਹ ਇਹ ਟੈਕਨੀਕਲ ਚੀਜ਼ਾਂ ਨੇ ਇਹਦੇ ਤੇ ਕੋਈ ਬੈਠਾ ਐਮਐਲਏ ਕਹੀ ਜਾਵੇ ਜਿਹਨੂੰ ਇਨਫੋਰਮੇਸ਼ਨ ਹੀ ਕੋਈ ਨਹੀਂ ਇਹ ਤਾਂ ਹੀ ਬਾਦਲਾਂ ਨੂੰ ਫੇਵਰ ਕਰ ਰਿਹਾ ਅਸੀਂ ਬਾਦਲਾਂ ਨੂੰ ਫੇਵਰ ਕਿਉਂ ਕਰਨਾ ਬਈ ਅਸੀਂ ਉਹਨਾਂ ਦੇ ਉਲਟ ਸਰਕਾਰ ਬਣਾਈ ਹੈ 15 ਐਮਐਲਏ ਤੇ ਲੈ ਕੇ ਖੜੇ ਕਰਤੇ ਅਸੀਂ 78 ਐਮਐਲਏ ਨੇ ਅਸੀਂ ਉਹਨਾਂ ਨੂੰ ਫੇਵਰ ਕਰਕੇ ਕੀ ਲੈਣਾ 15 ਐਮਐਲਏ ਕੀ ਕਰ ਦੇਣਗੇ ਇਹ ਅਟਕਲਾਂ ਨੇ ਕੋਈ ਆਪੋਜੀਸ਼ਨ ਕੋਲੇ ਖਾਸ ਕਰਕੇ ਜਿਹੜੀ ਸੋ ਕਾਲਡ ਆਮ ਆਦਮੀ ਪਾਰਟੀ ਦੀ ਕਰੰਟ ਆਪੋਜੀਸ਼ਨ ਆ ਜਾਂ ਲੀਡਰ ਆ ਆਪੋਜੀਸ਼ਨ ਬਿਆਨਬਾਜ਼ੀ ਕਰਨੀ ਆ ਨਿਊਜ਼ ਲੈਣ ਵਾਸਤੇ ਤੁਸੀਂ ਜਾਵੜਦੇ ਹੋ ਬਾਈਟਸ ਲੈ ਲੈਣੇ ਹੋ ਖਬਰਾਂ ਆਉਂਦੀਆਂ ਨੇ ਦੀਆਂ ਕੱਖ ਨਹੀਂ ਇਹਨਾਂ ਕੋਲੇ ਇਹ ਪਾਰਟੀ ਖਤਮ ਹੈ ਇਹ ਪਾਰਟੀ ਤੁਸੀਂ 2019 'ਚ ਵੇਖ ਲਓ ਪੰਜਾਬ ਦੇ ਵਿੱਚ ਕਿਤੇ ਭਾਲਿਆ ਨਹੀਂ ਸੁਣੀ ਤੁਸੀਂ ਜਾਖੜ ਸਾਹਿਬ ਦੇ ਉਲਟਰ ਵਾਲੇ ਸੀ 23000 ਵੋਟ ਪਈ ਸੀ 23000 ਐਮਪੀ ਦੀ ਇਲੈਕਸ਼ਨ 'ਚ 1900 ਵੋਟ ਪਈ ਹੈ ਉੱਥੇ ਸ਼ਾਹਕੋਟ ਤੇ ਗੱਲਾਂ ਐ ਕਰਦੇ ਐ ਏਡੀ ਏਡੀ ਦੇ ਦੋਸਤਾਂ ਦਾ ਤਖਤਾ ਪਲਟ ਦਿਆਂਗੇ ਤੇ ਬਦਲ ਦਿਆਂਗੇ ਸਾਨੂੰ ਇਹਨਾਂ ਚੀਜ਼ਾਂ ਨਾਲ ਕੋਈ ਅਸਰ ਨਹੀਂ ਹੈ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਵਚਨਬੱਧ ਹੈ ਜੋ ਲੋਕਾਂ ਦੀ ਸਹੂਲियत ਵਾਸਤੇ ਸਾਨੂੰ ਕਰਨਾ ਪਊਗਾ ਅਸੀਂ ਕਰਾਂਗੇ ਗਰੀਬ ਆਦਮੀ ਨੂੰ ਸੁਖਾਲਾ ਕਰਨ ਵਾਸਤੇ ਜਿੰਨਾ ਸਾਡੇ ਕੋਲ ਪੈਸਾ ਆਊਗਾ ਸਾਰਾ ਲਾਵਾਂਗੇ ਰੌਲਾ ਪੈਸੇ ਦਾ ਕਿ ਪੈਸੇ ਸਾਡੇ ਕੋਲੇ ਜਿਹੜੀ ਟੈਕਸੇਸ਼ਨ ਦੇ ਰੂਟ ਤੇ ਆ ਰਹੇ ਆ ਸਾਨੂੰ ਮਜਬੂਰੀ ਟੈਕਸ ਵੀ ਜਿਆਦਾ ਕਈ ਥਾਂ ਤੇ ਲਾਣਾ ਪੈ ਰਿਆ ਬਸਾਂ ਤੇ ਰੇਟ ਵੀ ਵਧਾਏ ਅਸੀਂ ਕਿਉਂਕਿ ਪੈਸੇ ਹੀ ਨਹੀਂ ਲਾਉਣੇ ਤਾਂ ਲੋਕਾਂ ਤੋਂ ਹੀ ਆ ਜੇ ਤਾਂ ਅਸੀਂ ਟੈਕਸ ਲਾ ਕੇ ਇਹਨਾਂ ਉਹ ਕਾਲੀਆਂ ਵਾਂਗੂ 7-17 ਹੋਟਲ ਪਾ ਲਈਏ ਫੇਰ ਤਾਂ ਤੁਸੀਂ ਸਾਡੇ ਤੇ ਇਲਜ਼ਾਮ ਲਾਓ ਅਸੀਂ ਲੋਕਾਂ ਤੋਂ ਹੀ ਲਾਉਣੇ ਆ ਛੱਡ ਗਿਆ ਸਕੀਮਾਂ ਜਿਹੜੀਆਂ ਉਹ ਲੇਟ ਹੋ ਗਈਆਂ ਸਾਡੇ ਬਾਕੀ ਸਾਰੀਆਂ ਪੈਨਸ਼ਨਾਂ ਲੇਟ ਹੋਈਆਂ ਇਸੇ ਕਰਕੇ ਅਕਸਰ ਪੈਸੇ ਸਰਕਾਰ ਕਿਉਂਣਗੇ ਤਾਂ ਹੀ ਵੰਡੂ ਨਾ ਸਰਕਾਰ ਕੋਲੇ ਪੈਸੇ ਕਿੱਥੋਂ ਹੋਣਗੇ ਟੈਕਸੇਸ਼ਨ ਤੋਂ ਹੋਣਗੇ ਤੋਂ ਉਸੇ ਸਿਸਟਮ ਹੌ ਉਹ ਗੱਲ ਹੋ ਗਈ ਵੀ ਅੰਗਰੇਜ਼ ਲੁੱਟ ਕੇ ਸਾਰਾ ਲੈ ਗਏ ਸੋਨੇ ਕੀ ਜਿਹੜੀ ਆ ਮੁੜ ਕੇ ਸਾਨੂੰ ਫੜਾ ਗਏ ਉਹ ਕਹਿੰਦੇ ਵੀ ਇਹ ਤਾਂ ਗਰੀਬ ਮੁਲਕ ਹੈ ਗਰੀਬ ਤੁਸੀਂ ਕਰਕੇ ਗਏ ਆ ਤੇ ਗਰੀਬ ਮੁਲਕ ਨੂੰ ਜਿਵੇਂ ਚੱਲ ਸਕਦਾ ਉਹ ਚਲਾ ਰਹੇ ਆ ਅਸੀਂ ਔਰ ਬਹੁਤ ਵਧੀਆ ਚੱਲ ਰਿਹਾ ਕੋਈ ਆਵਜੀ ਗੱਲ ਨਹੀਂ ਹੈ ਇਹ ਸਨ ਕਾਂਗਰਸ ਦੇ ਸਪੋਕਸਮੈਨ ਜਿਨ੍ਹਾਂ ਨੇ ਕਿਹਾ ਕਿ ਇੱਕ ਕੇਜਰੀ ਵਾਲਦਾ ਇੱਕ ਪੋਲੀਟੀਕਲ ਅਸਿਸਟੈਂਟ ਹੈ ਇਨਾਂ ਗੱਲਾਂ ਦੇ ਪਿੱਛੇ ਇਨਾਂ ਦਾਅਵਿਆਂ ਦੇ ਪਿੱਛੇ ਅਸਲ ਜਿਹੜੀ ਸੱਚਾਈ ਹੈ ਉਹ ਬਿਲਕੁਲ ਵੀ ਨਹੀਂ ਹੈ ਨਿਰਆਧਾਰ ਤੱਥਹੀਨ ਨੇ ਹੁਣ ਆਉਣ ਵਾਲੇ ਦਿਨਾਂ ਚ ਪਤਾ ਲੱਗੂਗਾ ਕਿ ਕਾਂਗਰਸ ਦੇ ਦਾਅਵਿਆਂ ਚ ਦਮ ਹੈ ਜਾਂ ਆਮ ਆਦਮੀ ਪਾਰਟੀ ਦੇ ਦਾਅਵਿਆਂ ਚ ਦਮ ਕੈਮਰਾਮੈਨ ਪ੍ਰਦੀਪ ਸ਼ਰਮਾ ਦੇ ਨਾਲ ਨਵਰੀ ਸਵੀਆ ਟੀਵੀ ਪੰਜਾਬ ਚੰਡੀਗੜ੍ਹ